ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਰੰਗਾਂ ਦਾ ਤਿਉਹਾਰ ਹੋਲੀ, ਯਾਨੀ ਕਿ ਪਵਿੱਤਰ ਤਿਉਹਾਰ ਹੋਲੀ, ਜਿਹੜਾ 25 ਮਾਰਚ ਨੂੰ ਪੂਰੇ ਭਾਰਤ ਦੇ ਵਿੱਚ ਖੁਸ਼ੀਆਂ ਭਰੇ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ। ਤੁਹਾਨੂੰ ਦੱਸ ਦੀ ਕਿ ਹੋਲੀ ਦਾ ਬਾਜ਼ਾਰ ਇਸ ਟਾਈਮ ਚੱਲ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਸੱਜ ਚੁੱਕਿਆ। ਇਸ ਦੇ ਨਾਲ ਤੁਹਾਨੂੰ ਦੱਸ ਦੀ ਗੱਲ ਕਰਨੀ ਵੀ ਜਿਹੜੀ 25 ਮਾਰਚ ਨੂੰ ਜਿਹੜੀ ਹੋਲੀ ਹੈ ਪੂਰੇ ਭਾਰਤ ਵਿੱਚ ਜਿਹੜੀ ਬੜੀ ਧੂਮਧਾਮ ਮਨਾਈ ਜਾਏਗੀ, ਅਤੇ ਇਸ ਨਾਲ ਜਿਹੜਾ ਬਾਜ਼ਾਰ ਹੈ ਇਸ ਟਾਈਮ ਚਕਾ ਚੌਂਦ ਹੋਣ ਲੱਗ ਗਏ ਆ। ਹੋਲੀ ਜਿਹੜੀ ਕਲਰ ਹੈ, ਮੈਂ ਦੱਸ ਦੀ ਕਿ ਇਹ ਵਿਦਆਊਟ ਕੈਮੀਕਲ ਜਿਹੜੇ ਕਲਰ ਹੈ, ਅੱਜ ਵੀ ਕੈਮੀਕਲ ਦੀ ਜਿਹੜੀ ਕਾਫੀ ਜਿਹੜੇ ਰੰਗਾਂ ਦੀ ਡਿਮਾਂਡ ਰਹਿੰਦੀ ਹੈ, ਕਿਉਂਕਿ ਇਹ ਬਿਨਾਂ ਕੈਮੀਕਲ ਤੋਂ ਇਹ ਰੰਗ ਹੁੰਦੇ ਆ ਜਿਹੜੇ ਤੁਹਾਡੇ ਸਰੀਰ ਲਈ ਹਾਨੀਕਾਰਕ ਨਹੀਂ ਹੁੰਦੇ। ਸੋ ਰੰਗਾਂ ਦਾ ਤਿਉਹਾਰ ਹੈ ਹੋਲੀ, ਇਸ ਨੂੰ ਆਪਸੀ ਭਾਈਚਾਰਕ ਸਾਂਝ ਦਾ ਵੀ ਇੱਕ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਸੋ ਇਸ ਵਾਰ ਹੋਲੀ ਨੂੰ ਕੀ ਹੋਊਗਾ, ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਵੀ ਦੇਵਾਂਗੇ। ਅਤੇ ਜਿਹੜਾ ਇਹ ਹੋਲੀ ਤਿਉਹਾਰ ਹੈ, ਤੁਹਾਨੂੰ ਦੱਸ ਦੀ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਵਰਿੰਦਾਵਨ ਦੇ ਵਿੱਚ ਇੱਕ ਹਫ਼ਤਾ 10 ਦਿਨ ਪਹਿਲਾਂ ਹੀ ਸ਼ੁਰੂ ਹੁੰਦਾ ਹੈ। ਔਰ ਅਗਰ ਪੰਜਾਬ ਦੀ ਗੱਲ ਕਰੀਏ, ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਪੂਰੇ ਵਿਸ਼ਵ ਭਰ ਦੇ ਵਿੱਚ ਕਾਫੀ ਮਸ਼ਹੂਰ ਹੈ। ਸੋ ਬਾਜ਼ਾਰ ਪੂਰੀ ਤਰ੍ਹਾਂ ਸਜ ਚੁੱਕੇ ਆ, ਰੰਗਾਂ ਦਾ ਤਿਉਹਾਰ, ਰੰਗਾਂ ਦਾ ਇਹਨੂੰ ਰਾਣੀ ਵੀ ਕਿਹਾ ਜਾਂਦਾ ਹੈ, ਅਤੇ ਇਹ ਜਿਹੜਾ ਹੋਲੀ ਤਿਉਹਾਰ ਹੈ, ਬਾਜ਼ਾਰ ਪੂਰੀ ਤਰ੍ਹਾਂ ਸਜ ਚੁੱਕੇ ਆ, ਅਤੇ ਕਾਫੀ ਇਸ ਹੋਲੀ ਨੂੰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਅਤੇ ਇਸ ਵਾਰ ਨਵੀਂ ਚੀਜ਼ ਕੀ ਆ ਰਹੀ ਹੈ, ਮੈਂ ਗੱਲਬਾਤ ਕਰੂੰਗਾ। ਅਤੇ ਭਾਈ ਸਾਹਿਬ, ਹੋਲੀ ਇਸ ਟਾਈਮ 25 ਮਾਰਚ ਜਿਹੜੀ ਕਿਸ ਤਰ੍ਹਾਂ ਦਾ, ਮਤਲਬ ਕਿ ਲੋਕਾਂ ਦਾ ਕੀ ਝੁਕਾਅ ਇਸ ਟਾਈਮ, ਔਰ ਕੀ ਨਵੀਂ ਚੀਜ਼ ਹੈਗੀ ਹੈ ਇਸ ਟਾਈਮ? ਪਹਿਲਾਂ ਤਾਂ ਬਾਜ਼ਾਰ ਵਿੱਚ ਬਹੁਤ ਮੰਦਾ ਸੀਗਾ, ਇਸ ਟਾਈਮ ਹੁਣ ਗਾਹਕ ਨਿਕਲਣਾ ਸ਼ੁਰੂ ਹੋ ਗਿਆ, ਕੰਮ ਸ਼ੁਰੂ ਹੋ ਗਿਆ, ਅਤੇ ਬੱਚੇ ਦਾ ਰੁਝਾਅ ਵਿਚਕਾਰੀ ਫੈਂਸੀ ਵਿਚਕਾਰੀ ਵੱਲ ਜਾ ਰਿਹਾ ਵਾ। ਠੀਕ ਹੈ ਜੀ, ਵਧੀਆ ਵਧੀਆ ਵਿਚਕਾਰੀਆਂ ਆਈਆਂ ਹੋਈਆਂ, ਦੇਖੋ ਜੀ ਪੰਪ ਵਾਲੀਆਂ ਆਈਆਂ ਹੋਈਆਂ ਵਾ, ਬੱਚੇ ਦਾ ਖਿਲਾਉਣਾ ਵੀ ਹੈ, ਨਾਲ ਬੀਨ ਵਜਾਉਂਦਾ ਵਾ, ਨਾਲ ਪੰਪ ਚੱਲਦਾ ਵਾ, 2-in-1 ਪੰਪ ਹੈਗਾ ਜੀ। ਆ ਲਓ ਜੀ, ਇੱਥੋਂ ਦੀ ਇਹ ਬੀਨ ਵੀ ਵੱਜਦੀ ਆ। ਅੱਛਾ ਜੀ, ਇਹ 2-in-1 ਪੰਪ ਚੱਲਦਾ ਜੀ, ਦੋ ਤਾਰਾਂ ਨਿਕਲਦੀਆਂ, ਵਿਚਕਾਰੀ ਵੀ ਆ। ਇਸ ਤੋਂ ਇਲਾਵਾ ਆਹ ਵਾਲੇ ਪੰਪ ਪਏ ਹੋਏ ਜੀ, ਆਹ ਟੈਂਕੀ ਵਾਲੀਆਂ ਆਈਆਂ ਵਾ, ਡਿਜ਼ਾਇਨ ਬਦਲ ਬਦਲ ਕੇ ਆਇਆ, ਟੈਂਕੀ ਤਾਂ ਅੱਗੇ ਵੀ ਹੁੰਦੀ ਹੈ ਪਰ ਡਿਜ਼ਾਇਨ ਨਵੇਂ ਨਵੇਂ ਆਏ ਆ। ਆਹ ਗਨ ਆਈ ਹੈ ਜੀ ਇਸ ਟਾਈਮ, ਆਹ ਦੇਖੋ ਜੀ, ਆਹ ਪਬਜੀ ਗਨ ਆਈ ਹੈ ਜੀ, ਬੱਚਿਆਂ ਦੀ ਬਹੁਤ ਲਾਈਕ ਕਰਦਾ ਬੱਚਾ। ਪਬਜੀ ਗਨ, ਪਬਜੀ ਗਨ ਹੈ ਜੀ, ਜੀ ਰੰਗ ਜਿਹੜਾ ਮਰਜ਼ੀ ਪਾ ਲਵੇ ਜੀ, ਇਹ 'ਚ ਪਾਣੀ ਪੈਣਾ ਵਾ, ਪਾਣੀ ਪੈਣਾ, ਪਾਣੀ 'ਚ ਗਿੱਲਾ ਰੰਗ। ਠੀਕ ਹੈ, ਅਗਰ ਗੱਲ ਕਰੀਏ ਲੋਕ ਕਿਸ ਤਰ੍ਹਾਂ ਦੇ ਰੰਗ ਪਸੰਦ ਕਰਦੇ ਆ ਬਿਨਾਂ ਕੈਮੀਕਲ, ਤੁਹਾਡੇ ਕੋਲ ਕਿਹੜੇ ਰੰਗ ਇਸ ਤਰ੍ਹਾਂ ਮੌਜੂਦ ਹੈਗੇ? ਬਿਨਾਂ ਕੈਮੀਕਲ ਤੋਂ ਰੰਗ ਹੈਗੇ ਜੀ, ਫਲਾਵਰ ਦੇ ਬਣੇ ਰੰਗ ਹੈਗੇ ਅੱਗੋਂ। ਅੱਛਾ ਅੱਛਾ, ਸੋ ਜਿਹੜੇ ਲੋਕਾਂ ਦੀ ਡਿਮਾਂਡ ਰਹਿੰਦੀ ਹੈ ਬਿਨਾਂ ਕੈਮੀਕਲਸ ਤੋਂ ਰੰਗ ਜਿਹੜੇ ਯੂਜ਼ ਕੀਤੇ ਜਾਂਦੇ ਤਾਂ ਕਿ ਉਹ ਤੁਹਾਡੇ ਕਿਸੇ ਵੀ ਸਰੀਰ ਲਈ ਨੁਕਸਾਨ ਨਾ ਦੇ, ਅਤੇ ਇਸ ਤਰ੍ਹਾਂ ਜਿਹੜੇ ਰੰਗ ਆਉਂਦੇ ਆ ਇਹ ਬਿਨਾਂ ਕੈਮੀਕਲ ਯੂਜ਼ ਆਉਂਦੇ, ਡਿਮਾਂਡ ਰਹਿੰਦੀ, ਕਾਫੀ ਡਿਮਾਂਡ ਰਹਿੰਦੀ ਇਹਨਾਂ ਦੀ। ਹਾਂਜੀ ਹਾਂਜੀ, ਇਹ ਫੁੱਲਾਂ ਨੂੰ ਪੀਸ ਕੇ ਬਣਾਏ ਹੁੰਦੇ ਜੀ। ਅੱਛਾ, ਇਹ ਫੁੱਲਾਂ ਨੂੰ ਪੀਸ ਕੇ? ਹਾਂਜੀ, ਫੁੱਲਾਂ ਦੇ, ਇਹਨੇ ਕੋਈ ਮਿਕਸਿੰਗ ਨਹੀਂ ਹੁੰਦੀ, ਪਿਓਰ ਕਲਰ ਹੁੰਦੇ ਜੀ ਇਹ। ਸਭ ਤੋਂ ਵਧੀਆ ਰੰਗ ਹੈ। ਹਾਂਜੀ, ਲੋਕ ਕਾਫੀ ਜਾਗਰੂਕ ਹੋ ਰਹੇ ਆ, ਜਾਗਰੂਕ ਹੋ ਰਹੇ, ਕਾਫੀ ਲੋਕ ਜਾਗਰੂਕ ਹੋ ਰਹੇ। ਹਾਂਜੀ ਹਾਂਜੀ, ਹਲਕਾ ਰੰਗ ਘੱਟ ਤੇ ਵਧੀਆ ਰੰਗ ਜ਼ਿਆਦਾ ਵਿਕਣਾ ਸ਼ੁਰੂ ਹੋ ਗਿਆ ਹੁਣ ਦਾ, ਅੱਗੇ ਪਹਿਲਾਂ ਹੁੰਦਾ ਜੀ ਰੇਤੇ ਰੰਗ ਵਿਕਦਾ ਜੀ, ਵਾਲੀ ਥੈਲੀਆਂ ਵਿਕਦੀਆਂ ਦੀਆਂ, ਇਹਨਾਂ ਕਰੇ ਬਹੁਤ ਜ਼ਿਆਦਾ ਘੱਟ ਗਿਆ ਜੀ। ਹੁਣ ਇਹਦੇ ਵਿੱਚ ਵੀ 12 ਰੁਪਿਆ ਅਰਾ ਰੋਡ ਵਾਲਾ ਰੰਗ ਉਹੀ ਵਿਕਦਾ ਜੀ, ਉਹੀ ਵਿਕਦਾ, ਨੁਕਸਾਨ ਨਹੀਂ ਕਰਦਾ ਜੀ, ਉਹ ਅਰਾ ਰੋਡ ਹੁੰਦਾ ਵਾ। ਇੱਕ ਅੱਜ ਕੱਲ੍ਹ ਜਿਹੜੇ ਸਮੋਕ ਰੰਗ ਆ ਜਿਹੜੇ ਹੁੰਦੇ ਬੜੇ ਬੜੇ ਸਮੋਕ ਰੰਗ ਆ ਜੀ, ਇਹ ਮੈਂ ਚਲਾ ਕੇ ਦਿਖਾਓ ਕਿਸ ਤਰ੍ਹਾਂ ਲੋਕ ਚਲਾਉਂਦੇ ਆ, ਕਿੱਦਾਂ ਰੰਗ ਕਿਸ ਤਰ੍ਹਾਂ ਹੁੰਦਾ ਆ। ਸੋ ਜਿਹੜੇ ਸ਼ੂਟਿੰਗ ਹੁੰਦੇ ਤੇ ਪਹਿਲਾਂ, ਹਾਂ ਤੁਹਾਨੂੰ ਦੱਸ ਦੀ ਕਿ ਜਿਹੜੇ ਸਮੋਕ ਰੰਗ ਬੜਿਆ ਬੱਚਿਆਂ ਦੀ ਡਿਮਾਂਡ ਬਣ ਗਈ ਹੈ, ਔਰ ਬੱਚਿਆਂ ਦੀ ਜਿਹੜੀ ਡਿਮਾਂਡ ਬਣ ਗਈ ਸਮੋਕ ਰੰਗ ਦੀ, ਤਾਂ ਸਮੋਕ ਰੰਗ ਲੋਕ ਕਾਫੀ ਲੈਣਾ ਪਸੰਦ ਕਰਦੇ, ਕਿਉਂਕਿ ਇਸ ਨਾਲ ਇਹ ਕਲਰ ਹੈ ਜਿਹੜਾ ਸਮੋਕ ਕਲਰ ਹੁੰਦਾ ਹੈ, ਇਹ ਤੁਹਾਨੂੰ
12 ਮਹੀਨੇ ਮਿਲਦਾ, ਕਿਉਂਕਿ ਆਮ ਜਿਹੜੇ ਲੋਕ ਸ਼ੂਟਿੰਗਾਂ ਵਾਸਤੇ ਵੀ ਇਸ ਦਾ ਇਸਤੇਮਾਲ ਕਰਦੇ ਆ, ਅਤੇ ਹੁਣ ਅੱਜ ਕੱਲ੍ਹ ਬੱਚੇ ਦੀ ਕਾਫੀ ਡਿਮਾਂਡ ਰਹਿੰਦੀ, ਅਤੇ ਇਹ ਜਿਹੜਾ ਕਲਰ ਹੈ ਇਹ ਤੁਹਾਨੂੰ ਚਲਾ ਕੇ ਦਿਖਾਉਣਗੇ, ਇਹ ਕਿਸਾ ਇਹ ਕਲਰ ਹੈ ਜਿਹੜੀ ਕਾਫੀ ਡਿਮਾਂਡ ਰਹਿੰਦੀ ਹੈ। ਸੋ ਇਸ ਵਾਰ ਜਿਹੜੇ ਕਲਰ ਹੈ ਬੱਚਿਆਂ ਦੀ ਡਿਮਾਂਡ ਰਹਿੰਦੀ ਹੈ, ਸਮੋਕ ਕਲਰ ਹੈ, ਸਮੋਕ ਕਲਰ ਕਾਫੀ ਡਿਮਾਂਡ ਰਹਿੰਦੀ ਹੈ। ਤੋ ਜਿਹੜਾ ਹੋਲੀ ਦਾ ਰੰਗ ਹੈ, ਹੋਲੀ ਦੇ ਰੰਗ ਦੇ ਵਿੱਚ ਜਿਹੜੇ ਲੋਕ ਹੈ ਉਹ ਕਾਫੀ ਇਸ ਗੱਲ ਨੂੰ ਪਹਿਲ ਦਿੰਦੇ ਆ ਵੀ ਇਹ ਕਲਰ ਜਿਹੜੇ ਨਿਕਲਣਗੇ ਹੋਲੀ ਕਿਸੇ ਸ਼੍ਰੀ ਵਾਸਤੇ ਨੁਕਸਾਨ ਦੇ ਨਹੀਂ। ਸੋ ਇਹ ਇਸ ਟਾਈਮ ਇਹਨਾਂ ਨੇ ਕਲਰ ਲਾਏ ਜਿਹੜੀ ਕਾਫੀ ਡਿਮਾਂਡ ਹੁੰਦੀ ਹੈ, ਇਹ 'ਚ 3 ਕਲਰ ਕਹਿੰਦੇ ਨਿਕਲਣਗੇ ਜਿਹੜੇ ਤੁਹਾਡੇ ਸਰੀਰ ਲਈ ਨੁਕਸਾਨ ਨਹੀਂ ਹੈਗੇ ਆ। ਔਰ ਜਿਹੜੇ ਇੱਕ ਇੱਧਰੇ ਰੰਗ ਸਮੋਕ ਕਲਰ ਹੁੰਦੇ ਆ ਇਹ ਤੁਹਾਨੂੰ 12 ਮਹੀਨੇ ਮਿਲਣਗੇ, ਜਿੱਥੇ ਮਰਜ਼ੀ ਤੁਸੀਂ ਲੈ ਸਕਦੇ ਹੋ, ਕਿਉਂਕਿ ਇਹ ਡਿਮਾਂਡ ਰਹਿੰਦੀ ਹੈ। ਅਗਰ ਤੁਸੀਂ ਹੋਲੀ ਤੋਂ ਬਾਅਦ ਵੀ ਇਹਨਾਂ ਰੰਗਾਂ ਨੂੰ ਤੁਸੀਂ ਕਿਸੇ ਵੀ ਆਪਣੇ ਪਾਰਟੀ ਫੰਕਸ਼ਨ 'ਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਅਤੇ ਆਮ ਜਿਹੜੇ ਅੱਜ ਕੱਲ੍ਹ ਲੋਕ ਬੱਚਿਆਂ ਦੇ ਬਰਥਡੇ ਉੱਪਰ ਜਾਂ ਹੋਰ ਜਿਹੜੇ ਤੁਹਾਡੇ ਘਰ ਦੇ ਫੰਕਸ਼ਨ ਹੁੰਦੇ ਆ ਉਹਨਾਂ ਵਾਸਤੇ ਇਹ ਕਲਰ ਯੂਜ਼ ਕਰਦੇ ਆ। ਸੋ 3 ਕਲਰ 'ਚ ਨਿਕਲਦੇ ਆ, ਬਿਲਕੁਲ 3 ਕਲਰ ਨਿਕਲ ਚੁੱਕੇ ਆ। ਸੋ ਸਮੋਕ ਕਲਰ ਜਿਹੜੀ ਡਿਮਾਂਡ ਰਹਿੰਦੀ ਹੈ ਕਾਫੀ ਰਹਿੰਦੀ ਆ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਹੋਰ ਜਿਹੜੇ ਬਾਕੀ ਜਿਹੜੇ ਲੋਕਾਂ ਦੀ ਡਿਮਾਂਡ ਕੀ ਰਹਿੰਦੀ ਹੈ, ਨਵੀਂ ਵਰਾਇਟੀ ਕੀ ਆਈ ਹੈ, ਹੋਲੀ ਵਿੱਚ ਕੀ ਆ। ਸਰ ਇਸ ਟਾਈਮ ਜਿਹੜੇ ਲੋਕਾਂ ਦੇ ਕਲਰ ਕਿਹਾ ਵੀ ਹਾਈ ਦੂਜੇ ਕਲਰ ਆ ਗਏ, ਸਮੋਕ ਕਲਰ ਕਾਫੀ ਡਿਮਾਂਡ ਰਹਿੰਦੀ ਹੈ, ਹੋਰ ਕੀ ਲੋਕਾਂ ਦੀ ਡਿਮਾਂਡ ਰਹਿੰਦੀ ਇਸ ਵਾਰ? ਦੇਖੋ ਉਹ ਮਿਸਾਲ ਦਿਖਾਈਓ ਭਾਅ ਜੀ, ਲੋਕ ਜਾਗਰੂਕ ਕਾਫੀ ਹੋ ਗਏ। ਹਾਂਜੀ ਹਾਂਜੀ, ਦੂਜੇ ਰੰਗ ਨਹੀਂ ਯੂਜ਼ ਕਰਦੇ? ਨਹੀਂ ਜੀ ਨਹੀਂ, ਔਰਗੈਨਿਕ ਕਲਰ ਯੂਜ਼ ਕਰਦੇ ਸਾਰੇ। ਹਾਂਜੀ ਹਾਂਜੀ, ਇੱਕ ਆਹੀ ਹੈ ਮਿਸਾਲ, ਇਹ ਵੀ ਉਹੀ ਹੈ। ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚੋਂ 5 ਕਲਰ ਨਿਕਲਦੇ ਇੱਕ ਵਾਰੀ 'ਚ। ਹਾਂਜੀ, ਉਹ 'ਚੋਂ 3 ਨਿਕਲਦੇ ਫੁੱਲਣਾ ਬਣਿਆ? ਨਹੀਂ ਨਹੀਂ ਨਹੀਂ, ਇਹ ਤਾਂ ਅੱਗ ਲਗਾ ਕੇ ਚੱਲਣ ਵਾਲਾ ਹੈ ਜੀ। ਹਾਂਜੀ 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 ਹਾਂਜੀ, ਇੱਕ ਬੈਲੂਨ ਆਇਆ ਵਾ, ਟੈਪ ਨਾਲ ਲਗਾਓ ਅਤੇ ਆਪਣੇ ਆਪ ਭਰ ਜਾਏਗਾ ਨੀਚੇ। ਹਾਂਜੀ ਹਾਂਜੀ, ਠੀਕ ਹੈ ਜੀ। ਸੋ ਰੰਗਾਂ ਦਾ ਤਿਉਹਾਰ ਹੋਲੀ 25 ਮਾਰਚ ਨੂੰ ਪੂਰੇ ਭਾਰਤ ਦੇ ਵਿੱਚ ਖੁਸ਼ੀਆਂ ਖੇੜੇ ਨਾਲ ਮਨਾਇਆ ਜਾ ਰਿਹਾ, ਔਰ ਖਾਸ ਕਰਕੇ ਜਿਹੜੇ ਲੋਕ ਹੈ ਕਾਫੀ ਜਾਗਰੂਕ ਹੋ ਗਏ ਆ, ਔਰ ਇਸ ਵਾਰ ਜਿਹੜੇ ਰੰਗਾਂ ਦਾ ਤਿਉਹਾਰ ਹੋਲੀ ਹੈ ਉਹ ਪੂਰੇ ਤੁਹਾਨੂੰ ਦੱਸੀਏ ਬਿਲਕੁਲ ਹਾਈਜੀਨਿਕ ਨਾਲ ਮਤਲਬ ਕਿ ਦੱਸੀ ਕਿਹੜੇ ਉਹ ਕਲਰ ਯੂਜ਼ ਕੀਤੇ ਜਾਂਦੇ ਜਿਹੜੇ ਫੁੱਲਾਂ ਨਾਲ ਕਲਰ ਬਣੇ ਹੋਏ ਆ। ਆਰਟੀਫਿਸ਼ੀਅਲ ਜਿਹੜੇ ਕਲਰ ਹੈ ਉਸਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ, ਜਿਹੜੇ ਹੋਰ ਔਰਗੈਨਿਕ ਜਿਹਦਾ ਹੁੰਦੇ ਔਰ ਜਿਹੜੇ ਔਰਗੈਨਿਕ ਹੈ ਕਲਰ ਸਿਰਫ ਉਹਦਾ ਯੂਜ਼ ਕੀਤਾ ਜਾਵੇਗਾ। ਤਾਂ ਇਸ ਵਾਰ ਪੂਰੀ ਤਰ੍ਹਾਂ ਬਾਜ਼ਾਰ ਸੱਜ ਚੁੱਕਿਆ, ਅਤੇ ਇਸ ਟਾਈਮ ਨਵੇਂ ਨਵੇਂ ਜਿਹੜੇ ਕਲਰਾਂ ਦੀ ਜਿਹੜੀ ਡਿਮਾਂਡ ਆ ਚੁੱਕੀ, ਇਸ ਦੇ ਨਾਲ ਜਿਹੜੇ ਪਿਚਕਾਰੀਆਂ ਜਿਸ ਤਰ੍ਹਾਂ ਬੀਨ ਵਾਲੀਆਂ ਆ ਗਈਆਂ, ਬੀਨ ਵੀ ਵੱਜਦੀ ਨਾਲ ਇਸ ਦੇ ਨਾਲ ਜਿਹੜੇ ਕਲਰ ਇਹਦੀ ਪਿਚਕਾਰੀ ਵੀ ਆਉਂਦੀ ਆ। ਸੋ ਰੰਗਾਂ ਤਿਉਹਾਰ ਜਿਹੜਾ ਹੋਲੀ ਹੈ ਉਹ 25 ਮਾਰਚ ਨੂੰ ਪੂਰੇ ਭਾਰਤ ਵਿੱਚ ਖੁਸ਼ੀ ਨਾਲ ਮਨਾਇਆ ਜਾਏਗਾ, ਤਾਂ ਬਾਜ਼ਾਰ ਪੂਰੀ ਤਰ੍ਹਾਂ ਸੱਜ ਚੁੱਕੇ ਆ, ਬੱਚੇ ਵੀ ਇਸ ਹੋਲੀ ਤਿਉਹਾਰ ਮਨਾਉਣ ਨੂੰ ਬਿਲਕੁਲ ਤਿਆਰ ਹੈ। ਕੈਮਰਾਮੈਨ ਮੁਨੀਸ਼ਨਾ, ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।